ਸਤਿ ਸ਼੍ਰੀ ਅਕਾਲ ਫਰੈਂਡਸ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਮੀਤ ਅਕੈਡਮੀ ਦੇ ਉੱਤੇ। ਅੱਜ ਦੀ ਇਹ ਵੀਡੀਓ ਕਾਫੀ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ। ਕਾਫੀ ਸਾਰੇ ਕੈਂਡੀਡੇਟਸ ਦੇ ਕਮੈਂਟਸ ਆ ਰਹੇ ਸੀ ਕਿ 2020 ਆ ਚੁੱਕਿਆ ਔਰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਵੈਕੈਂਸੀਜ਼ ਨਹੀਂ ਆ ਰਹੀਆਂ, ਤਾਂ ਫਾਈਨਲੀ ਆਫਿਸ਼ੀਅਲ ਨੋਟੀਫਿਕੇਸ਼ਨ ਆ ਚੁੱਕਿਆ। ਕਿੱਦਾਂ ਕੌਣ ਕਦੋਂ ਤੋਂ ਅਪਲਾਈ ਕਰ ਸਕਦੇ, ਇਲੀਜੀਬਿਲਟੀ ਇਹਨਾਂ ਨੇ ਕੀ ਇਸ ਵਾਰ ਮੰਗੀ ਆ, ਸਾਰਾ ਮੈਂ ਤੁਹਾਨੂੰ ਬਰੀਫ ਦੇ ਵਿੱਚ ਦੱਸਾਂਗੀ। ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਔਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ 'ਤੇ ਪਹਿਲੀ ਵਾਰੀ ਵਿਜ਼ਿਟ ਕਰ ਰਹੇ ਹੋ, ਇਸੇ ਤਰ੍ਹਾਂ ਤੁਸੀਂ ਚਾਹੁੰਦੇ ਹੋ ਪੰਜਾਬ ਦੀ ਸਾਰੀ ਨੌਕਰੀ ਦੀ ਜਾਣਕਾਰੀ ਸਭ ਤੋਂ ਪਹਿਲਾਂ ਮਿਲ ਜਾਵੇ, ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰਨਾ। ਇਹਦੇ ਨਾਲ ਤੁਹਾਨੂੰ ਫ੍ਰੀ ਵਿੱਚ ਨੋਟੀਫਿਕੇਸ਼ਨ ਆਉਂਦੇ ਰਹਿਣਗੇ ਜਦ ਵੀ ਮੈਂ ਤੁਹਾਡੇ ਲਈ ਕੋਈ ਨਵੀਂ ਜਾਣਕਾਰੀ ਲੈ ਕੇ ਆਵਾਂਗੀ। ਫਿਲਹਾਲ ਆਪਾਂ ਗੱਲ ਕਰਾਂਗੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਵੱਲੋਂ ਕਿਹੜੀ ਰਿਕਰੂਟਮੈਂਟ ਆਊਟ ਕੀਤੀ ਗਈ ਹੈ। ਆਨਲਾਈਨ ਅਪਲਾਈ ਤੁਸੀਂ ਕਰਨਾ ਹੈ, ਠੀਕ ਹੈ। ਸੈਲਰੀ ਦੇ ਵਿੱਚ ਤੁਹਾਡੀ ਦੱਸ ਦਿੱਤੀ ਗਈ ਹੈ 10,300 ਤੋਂ ਲੈ ਕੇ 34,800 ਪਲੱਸ 4,400 ਰੁਪਏ ਜਿਹੜਾ ਉਹ ਤੁਹਾਡਾ ਗ੍ਰੇਡ ਪੇ ਰਹੇਗਾ, ਠੀਕ ਹੈ, ਜੋ ਇਹਨਾਂ ਨੇ ਮੈਨਸ਼ਨ ਕਰ ਦਿੱਤਾ ਹੋਇਆ। ਉਸ ਤੋਂ ਬਾਅਦ ਏਜ ਲਿਮਿਟ ਦੀ ਗੱਲ ਕਰੀਏ, 18 ਤੋਂ 37 ਸਾਲ ਤੁਹਾਡੀ ਏਜ ਹੈਗੀ ਆ ਤਾਂ ਤੁਸੀਂ ਇੱਥੇ ਅਪਲਾਈ ਕਰ ਸਕਦੇ ਆ, ਪਲੱਸ ਏਜ ਰਿਲੈਕਸੇਸ਼ਨ ਤੁਹਾਨੂੰ ਜਿਹੜਾ ਉਹ ਐਸ ਪਰ ਰੂਲਸ ਦਿੱਤਾ ਜਾਏਗਾ। ਆਹ ਵਾਲਾ ਲਿੰਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇੱਥੇ ਤੁਸੀਂ ਕਲਿੱਕ ਹੇਅਰ 'ਤੇ ਕਲਿੱਕ ਕਰਕੇ ਲੇਟੈਸਟ ਜਿਹੜੀਆਂ ਵੈਕੈਂਸੀ ਆਈਆਂ ਪੰਜਾਬ ਵਾਸਤੇ ਅਲੱਗ ਆਈਆਂ ਆ, ਬਾਕੀ ਸੈਂਟਰਲ ਦੀਆਂ ਅਲੱਗ ਹੈ, ਇੱਥੇ ਕਲਿੱਕ ਕਰਕੇ ਸਾਰੀ ਵੈਕੈਂਸੀ ਹੁਣੀ ਜਾ ਕੇ ਚੈੱਕ ਜ਼ਰੂਰ ਕਰ ਲਿਓ, ਕਿਉਂਕਿ ਇਸ ਤੋਂ ਇਲਾਵਾ ਕਾਫੀ ਸਾਰੀ ਵੈਕੈਂਸੀਜ਼ ਆਲਰੇਡੀ ਆ ਚੁੱਕੀਆਂ, ਲੋਕਲ ਗਵਰਨਮੈਂਟ ਦੀਆਂ ਵੀ ਆਈਆਂ ਔਰ ਸੈਂਟਰਲ ਦੀਆਂ ਵੀ। ਇੱਥੇ ਕਲਿੱਕ ਕਰਕੇ ਸਟੱਡੀ ਮਟੀਰੀਅਲ ਤੁਸੀਂ ਡਾਊਨਲੋਡ ਕਰ ਸਕਦੇ ਆ। ਗੱਲ ਕਰਾਂਗੇ ਆਪਾਂ ਇੰਪੋਰਟੈਂਟ ਡੇਟਸ ਦੀ, ਅਪਲਾਈ ਤੁਸੀਂ ਕਰ ਸਕਦੇ ਆ 24 ਜਨਵਰੀ 2020 ਤੋਂ 24 ਫਰਵਰੀ 2020 ਤੱਕ। ਪੋਸਟ ਦਾ ਜਿਹੜਾ ਨਾਮ ਆ ਉਹ ਅਕਾਊਂਟੈਂਟ ਔਰ ਡਿਪਟੀ ਕੁਰੇਟਰ ਦੀ ਵੈਕੈਂਸੀ ਆਊਟ ਹੋਈ ਹੈ, ਜਿਹਦੇ ਵਿੱਚ ਬੈਚਲਰ ਡਿਗਰੀ ਵੀ ਇਹਨਾਂ ਨੇ ਮੰਗੀ ਆ, ਇੱਕ ਪੋਸਟ ਦੇ ਲਈ ਜਿਹੜੀ ਆ ਬੈਚਲਰ ਡਿਗਰੀ ਮੰਗੀ ਆ, ਇੱਕ ਦੇ ਲਈ ਇਹਨਾਂ ਨੇ MA ਮੰਗੀ ਆ ਰੈਲਵੈਂਟ ਡਿਸਿਪਲਨ ਦੇ ਵਿੱਚ। ਉਹਦੇ ਲਈ ਤੁਸੀਂ ਪੂਰਾ ਨੋਟੀਫਿਕੇਸ਼ਨ ਜ਼ਰੂਰ ਪੜ੍ਹ ਲੈਣਾ, ਇੱਥੇ ਕਲਿੱਕ ਕਰਕੇ ਇੱਥੇ ਕਲਿੱਕ ਕਰਕੇ ਕਲਿੱਕ ਕਰੋਗੇ, ਦੋਨਾਂ ਦੇ ਲਈ ਇਹਨਾਂ ਨੇ ਐਡਵਰਟਾਈਜ਼ਮੈਂਟ ਅਲੱਗ ਅਲੱਗ ਦਿੱਤੀ ਹੈ, ਪਹਿਲੀ ਵਾਲੀ ਅਲੱਗ ਹੈ, ਦੂਸਰੀ ਵਾਲੀ ਅਲੱਗ ਹੈ, ਤੁਸੀਂ ਪੜ੍ਹ ਲਓ, ਠੀਕ ਹੈ। ਕੁਛ ਵੀ ਸਮਝ ਨਹੀਂ ਆਉਂਦਾ ਮੈਨੂੰ ਜ਼ਰੂਰ ਦੱਸ ਦਿਓ, ਨੋਟੀਫਿਕੇਸ਼ਨ ਆਇਆ ਸੀ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਕਿ ਤੁਸੀਂ ਅਪਲਾਈ ਕਰ ਸਕਦੇ, ਕਾਫੀ ਅੱਛਾ ਮੌਕਾ ਤੁਹਾਡੇ ਕੋਲ ਆ ਚੁੱਕਿਆ ਆ। ਸੋ ਬੈਚਲਰ ਡਿਗਰੀ ਤੁਸੀਂ ਕਿਸ ਰੈਲਵੈਂਟ ਡਿਸਿਪਲਿਨ ਦੇ ਵਿੱਚ ਕੀਤੀ ਹੈ, ਤੁਸੀਂ ਅਪਲਾਈ ਕਰ ਸਕਦੇ ਹੋ, ਔਰ MA ਇਹਨਾਂ ਨੇ ਅਲੱਗ ਪੋਸਟ ਲਈ ਮੰਗੀ ਹੋਈ ਹੈ, ਜਾ ਕੇ ਹੁਣੀ ਨੋਟੀਫਿਕੇਸ਼ਨ ਚੈੱਕ ਕਰ ਲਓ, ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਿੱਤਾ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਆਪਣੇ ਫਰੈਂਡਸ ਨਾਲ। ਧੰਨਵਾਦ।